नारे तकबीर तेरा गूंज देवा अल्लाह कहते ने सुने मैं अपने आशिकां लई जिहड़ा नारा रखिया होया है ओनू नारा ए तौहीद कहते ने ते मेरे नबी लैके दुनिया च आया है कि जिस नारे वल वेख के ते नारा लाण वाले वल वेख के शायर ने खूब किया ना के बज़्मे कौन दे सजाने के लिए अख दे सामने किसे शहीद दा चेहरा ना आया होवे किसे मालदार दा चेहरा ना आया होवे बल्कि अख खुलन तो बाद मुखड़ा ने तकिया होवे जिन्हू कहंदे ने खत्मे नबूवत दा ताजदार सुभान अल्लाह ताजदार ने खत्मे नबूवत जिंदाबाद अल्लाह कहंदे ने देख फिर नबी दी जुबान वाल क्यों रब्बा मैं इना मुंडा वल क्यों वेखा मेरे मौलवी शमीन मैं अपने दाग च कहना चाहना अल्लाह कहंदे ने तैनू इना मुंडा वल वेखना पैगा मैं इना दुबड़ा मजा रखिया है क्यों इधर दी शीशी खुले विचों इधर दी मैं कौंदी है मेरे सोने दे लब खुलदे ने विचों कुरान दी चुकया जेड़ा हुसैन अख ने
ਖੋਲਣ ਦਾ ਮੁੱਲ ਰੱਬ ਨੇ ਕੀ ਪਾਇਆ ਕਿ ਅੱਖ ਖੋਲੀ ਤੇ ਰੱਬ ਮੁਸਤਫਾ ਦਿਖਾ ਦਿੱਤਾ ਨਹੀਂ ਜਨਾਬੇ ਵਾਲਾ ਅੱਖ ਨਹੀਂ ਸੀ ਖੋਲੀ ਖੋਲੀ ਤੇ ਮੁਸਤਫਾ ਵੇਖ ਲਿਆ ਪਰ ਜਿਹਦੇ ਲੱਭ ਦਿਸਣ ਖੁੱਲਦੇ ਉਹਨੇ ਲੱਭ ਖੋਲੇ ਰੱਬ ਨਬੀ ਦਾ ਲੁਆਬ ਤੁਸਾਇਆ ਸਲਾਮ ਨੇ ਹੁਸੈਨ ਨੂੰ ਆਪਣੇ ਹੱਥਾਂ ਚ ਲਿਆ ਹੋਇਆ ਹੋਏ ਤੇ ਸੈਯਦਾ ਆ ਕੀ ਕਹਿੰਦੀਆਂ ਨੇ ਸੁਣਿਆ ਉਲਮਾ ਦੀ ਨਜ਼ਰ ਆਕਾ ਨੇ ਹੁਸੈਨ ਨੂੰ ਹੱਥਾਂ ਚ ਲਿਆ ਹੋਇਆ ਹੈ ਤੇ ਸੈਯਦਾ ਆ ਕੇ ਕਹਿੰਦੀਆਂ ਨੇ ਆਕਾ ਆਪਾਂ ਜਾਨ ਇਹ ਹੁਸੈਨ ਦੇ ਕੰਨ ਚ ਜਾਨ ਦੇਣੀ ਹੈ ਨਾ ਤਕਬੀਰ ਵੀ ਕਹਿਣੀ ਹੈ ਤੇ ਕਿਹਨੂੰ ਕਹੋਗੇ ਕਿਹਨੂੰ ਸੱਦੋਗੇ ਆਕਾ ਕਹਿੰਦੇ ਨੇ ਕਿਹਨੂੰ ਬੁਲਾ ਲਈਏ ਮੇਰਾ ਦਸੋਵਰ ਸੁਣਿਆ ਅਲੀ ਨੂੰ ਬੁਲਾਈਏ ਪਾਪ ਜੋ ਹੋਇਆ ਅਲੀ ਨੂੰ ਬੁਲਾਈਏ ਨਾਮ ਵੀ ਅਲੀ ਮਕਾਮ ਵੀ ਅਲੀ ਤੇ ਮੈਨੂੰ ਆਪਣੇ ਅੰਦਾਜ਼ ਚ ਨਹੀਂ ਕਹਿੰਦੇ ਆਕਾ ਕਹਿੰਦੇ ਨੇ ਸੈਯਦਾ ਤੂੰ ਇੱਧਰ ਹੁਸੈਨ ਦੀ ਮਾਂ ਲੱਗਣੀ ਏ ਤੇ ਮੇਰੇ ਦਿਲ ਦਾ ਤੂੰ ਟੁਕੜਾ ਲੱਗਣੀ ਏ ਲੇਕਿਨ ਮੈਂ ਅਕੀਦੇ ਵੀ ਸਮਝਾਵਾਂ ਮੈਂ ਜਿਵੇਂ ਸ਼ਾਨਾ ਵੰਡਣ ਆਇਆ ਵਾਂ ਮੇਰੇ ਅਕੀਦਿਆਂ ਦੀ ਆਪ ਯਾਰੀ ਵੀ ਕਰਨ ਆਇਆ ਵਾਂ ਮੇਰੇ ਮਾਤਾ ਸਮੀਨ ਅਲੀ ਦੀ ਗੱਲ ਜ਼ੁਬਾਨ ਤੇ ਆਈ ਏ ਤੇ ਮੇਰੇ ਆਕਾ ਨੇ ਜਿਹੜਾ ਜਵਾਬ ਦਿੱਤਾ ਜੇ ਸਾਰੇ ਸੁਭਾਨ ਦਾ ਕੋਟੇ ਜੁਮਨਾ ਨੇ ਕਹਿੰਦੇ ਨੇ ਐ ਮੇਰੀ ਸੈਯਦਾ ਐ ਮੇਰੀ ਤਾਹਿਰਾ ਬੇਗੀ ਐ ਮੇਰੀ ਜ਼ਾਕੀਆ ਬੇਟੀ ਐ ਮੇਰੀ ਜ਼ਕੀਆ ਬੇਟੀ ਐ ਮੇਰੀ ਲਾਡਲੀ ਸੋਹਣੀ ਬੇਟੀ ਅਲੀ ਦਾ ਨਾਮ ਲਿਆਈ ਮੈਂ ਕੀ ਕਰਾਂ ਉਹਨੇ ਮੈਨੂੰ ਸ਼ਾਨਾ ਇੱਦੀਆਂ ਦਿੱਤੀਆਂ ਨੇ ਜਿੱਥੇ ਮੈਂ ਹੋਵਾਂ ਨਬੀ ਨਹੀਂ ਆ ਸਕਦਾ ਅਲੀ ਕਿਵੇਂ ਆ ਸਕਦਾ ਏ ਮੁਸਤਫਾ ਕਾ ਹਮ ਸਫ਼ਰ ਮੇਰਾ ਹੁਸੈਨ ਮੇਰਾ ਹੁਸੈਨ ਜਿਵੇਂ ਕੋਈ ਇਹ ਗੱਲ ਆਖੇ ਚੰਦ ਨਿਕਲੇ ਆਏ ਚਾਂਦਨੀ ਕੋਈ ਨਹੀਂ ਸਿਤਾਰੇ ਚਮਕੇ ਨੇ ਜਗਮਗਾਟ ਕੋਈ ਨਹੀਂ ਸੂਰਜ ਨਿਕਲੇ ਆਏ ਰੋਸ਼ਨੀ ਕੋਈ ਨਹੀਂ ਉਹਦੀ ਗੱਲ ਝੂਠੀ ਹੋ ਸਕਦੀ ਏ ਇਸ ਤੋਂ ਜ਼ਿਆਦਾ ਇਹ ਗੱਲ ਝੂਠੀ ਏ ਜਿਹੜੀ ਦੁਸ਼ਮਣਾਂ ਨੇ ਫੈਲਾ ਦਿੱਤੀ ਏ ਕਿ ਨਾ ਯਾਰਾਂ ਦਾ ਆਪਸ ਚ ਮੁਹੱਬਤ ਕੋਈ ਨਹੀਂ ਮੇਰੇ ਮਾਜ਼ਰ ਸ਼ਮੀਨ ਜਿਹੜਾ ਹੁਸੈਨ ਮੇਰੇ ਨਬੀ ਦੀ ਗੋਦ ਚ ਪੱਲਿਆ ਏ ਮੇਰੇ ਨਬੀ ਦੀ ਗੋਦ ਚ ਮੈਂ ਤਰਬੀਅਤ ਹਾਸਲ ਕੀਤੀ ਏ ਇਹਦੇ ਨਾਲ ਪਿਆਰ ਸਿਰਫ ਨਬੀ ਨਹੀਂ ਕੀਤਾ ਨਬੀ ਦੇ ਸਾਰੇ ਯਾਰਾਂ ਕੀਤਾ ਏ ਮੈਂ ਉਹਦੀ ਇੱਕ ਮਿਸਾਲ ਦੇ ਕੇ ਖਤਮ ਕਰ ਰਿਹਾ ਮਸਜਿਦ ਦੇ ਅੰਦਰ ਸਾਹਬਾ ਆਏ ਨੇ ਨਮਾਜ਼ ਪੜ੍ਹੀ ਹੈ ਤੇ ਨਮਾਜ਼ ਪੜ੍ਹ ਕੇ ਬਾਹਰ ਆ ਰਹੇ ਤੇ ਕੌਣ ਕੌਣ ਨੇ ਇਹ ਦੇਖਣੇ ਇੱਥੋਂ ਪਤਾ ਚੱਲੇਗਾ ਕਿ ਇਹਨਾਂ 'ਚ ਮੁਹੱਬਤ ਹੈ ਕਿ ਨਹੀਂ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਨਾਲ ਉਮਰ ਫਿਰ ਉਸਮਾਨ ਤੇ ਨਾਲ ਅਲੀ ਚੱਲਦੇ ਆ ਰਹੇ ਨੇ ਤੁਰਦੇ ਆ ਰਹੇ ਨੇ ਗਲੀ 'ਚ ਵੇਖਿਆ ਬੱਚੇ ਖੇਡ ਰਹੇ ਨੇ ਬਹੁਤ ਸਾਰੇ ਬੱਚੇ ਹੋਰ ਵੀ ਖੇਡ ਰਹੇ ਨੇ ਹਜ਼ਰਤ ਸਿਦੀਕ ਅੱਗੇ ਬੜੇ ਅੱਗੇ ਆਏ ਇੱਕ ਬੱਚੇ ਨੂੰ ਬੜੇ ਪਿਆਰ ਨਾਲ ਚੁੱਕਿਆ ਤੇ ਚੁੱਕ ਕੇ ਚੁੰਮਿਆ ਵੀ ਸੀ ਸੀਨੇ ਨਾਲ ਲਾਇਆ ਵੀ ਸਹੀ ਕੋਈ ਨਹੀਂ ਬੋਲਿਆ ਮੀਆਂ ਦਾ
चीज है क्या लाल कलम तेरे।